ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਜਲੰਧਰ ਵਿੱਚ ਜਦੋਂ ਇੱਕ ਇਲੈਕਟ੍ਰੋਨਿਕਸ ਦੇ ਗੋਦਾਮ ਤੇ ਚੋਰਾਂ ਨੇ ਕੀਤਾ ਹੱਥ ਸਾਫ, ਲੱਖਾਂ ਦਾ ਸਮਾਨ ਲੈ ਕੇ ਹੋਏ ਰਫੂ ਚੱਕਰ। ਸ਼ੁੱਕਰਵਾਰ ਦੀ ਰਾਤ ਨੂੰ ਉਹਦੀ ਚੋਰੀ ਹੋਈ ਹੈ ਤੇ ਸਾਨੂੰ ਪਤਾ ਲੱਗਾ ਵਾ, ਅਗਲੇ ਦਿਨ ਸ਼ਾਮ ਨੂੰ 6 ਵਜੇ ਜਾ ਕੇ ਪਤਾ ਲੱਗਾ ਸਾਨੂੰ। ਅਤੇ ਫਿਰ ਇੱਥੇ ਜਾ ਕੇ ਜਦੋਂ ਦੇਖਿਆ ਕਾਗਜ਼ ਤੇ ਟੁੱਟੇ ਪਏ ਸੀਗੇ ਅਤੇ ਇੱਥੋਂ ਸਟੈਪਲਾਈਜ਼ਰ ਏਸੀ ਦੇ, ਏਸੀ ਦੀਆਂ ਕੋਪਰ ਪਾਈਪਾਂ, ਬੱਚਿਆਂ ਦੇ ਸਾਈਕਲ, ਇੱਕ ਵੱਡਾ ਸਾਈਕਲ ਜੇਲ੍ਹਾਂ ਵਾਲਾ, ਇੱਥੇ ਕਾਫੀ ਇੱਥੋਂ ਗੀਜ਼ਰ ਵਗੈਰਾ ਉਹ ਚੱਕੇ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰਪਿਆਰਿਓ, ਇਹ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਥਾਣਾ ਡਿਵੀਜ਼ਨ 3 ਦੇ ਅਧੀਨ ਪੈਂਦੇ ਸੈਂਟਰਲ ਟਾਊਨ ਸਥਿਤ ਇੱਕ ਇਲੈਕਟ੍ਰੋਨਿਕਸ ਦੇ ਗੋਦਾਮ ਦੇ ਵਿੱਚ ਚੋਰਾਂ ਨੇ ਆਪਣਾ ਹੱਥ ਸਾਫ ਕੀਤਾ ਤੇ ਲੱਖਾਂ ਦਾ ਸਮਾਨ ਲੈ ਕੇ ਉਹ ਰਫੂ ਚੱਕਰ ਹੋ ਗਏ, ਜਿਸ ਦਾ ਪਤਾ ਗੋਦਾਮ ਮਾਲਕ ਨੂੰ ਅੱਜ ਸਵੇਰੇ ਲੱਗਿਆ। ਜਦੋਂ ਉਹਨਾਂ ਨੇ ਸਵੇਰੇ ਗੋਦਾਮ ਖੋਲਿਆ ਤਾਂ ਉੱਥੋਂ ਲੱਖਾਂ ਦਾ ਸਮਾਨ ਗਾਇਬ ਸੀ। ਫਗਵਾੜਾ ਗੇਟ ਤੇ ਸਥਿਤ ਸਕਾਈਲੈਂਡ ਇੰਟਰਪ੍ਰਾਈਜ਼ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਜਗਦੀਸ਼ਪਾਲ ਸਿੰਘ ਨਿਵਾਸੀ ਸੈਂਟਰਲ ਟਾਊਨ ਨੇ ਦੱਸਿਆ ਕਿ ਘਰ ਦੇ ਕੋਲ ਹੀ ਸੈਂਟਰਲ ਟਾਊਨ ਵਿੱਚ ਉਹਨਾਂ ਦਾ ਇੱਕ ਗੋਦਾਮ ਹੈ ਤੇ ਉਹ ਲੁਧਿਆਣਾ ਆਪਣੇ ਰਿਸ਼ਤੇਦਾਰਾਂ ਦੇ ਕੋਲ ਕਿਸੇ ਸਮਾਗਮ ਵਿੱਚ ਗਏ ਹੋਏ ਸਨ ਤੇ ਕੱਲ੍ਹ ਦੇਰ ਰਾਤ ਉਹ ਉਸ ਸਮਾਗਮ ਤੋਂ ਵਾਪਸ ਆਏ। ਜਿਸ ਤੋਂ ਬਾਅਦ ਕੋਈ ਸਮਾਨ ਲੈਣ ਵਾਸਤੇ ਜਦੋਂ ਉਹ ਗੋਦਾਮ ਵਿੱਚ ਗਏ ਤਾਂ ਉਹਨਾਂ ਨੇ ਵੇਖਿਆ ਕਿ ਗੋਦਾਮ ਦੇ ਦਰਵਾਜ਼ਿਆਂ ਦੇ ਕੁੰਡੇ ਪੱਟੇ ਗਏ ਸਨ ਤੇ ਸਮਾਨ ਗਾਇਬ ਸੀ। ਚੋਰਾਂ ਨੇ ਗੀਜ਼ਰ, ਕਾਪਰ ਪਾਈਪ, ਸਾਈਕਲ, ਸਟੈਪਲਾਈਜ਼ਰ ਆਦਿ ਚੋਰੀ ਕਰ ਲੈ ਗਏ ਤੇ ਚੋਰੀ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਜੋ ਰਾਤ ਤਕਰੀਬਨ 1:30 ਵਜੇ ਗੋਦਾਮ ਵਿੱਚ ਦਾਖਲ ਹੋਏ ਅਤੇ ਰਾਤ 2:07 ਤੇ ਰੇਹੜੀ ਵਿੱਚ ਸਮਾਨ ਲੱਦ ਕੇ ਉੱਥੋਂ ਫਰਾਰ ਹੋ ਗਏ। ਦੁਬਾਰਾ 3:01 ਤੇ ਮੁੜ ਉਹ ਗੋਦਾਮ ਵਿੱਚ ਆਏ ਅਤੇ 3:07 ਤੇ ਦੂਸਰੀ ਵਾਰ ਰੇਹੜੀ ਭਰ ਕੇ ਸਮਾਨ ਗੋਦਾਮ ਵਿੱਚੋਂ ਲੈ ਗਏ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਚੋਰ ਕੋਈ ਭੇਤੀ ਹੀ ਹੋਵੇਗਾ। ਚੋਰਾਂ ਦੀ ਸੰਖਿਆ ਇਸ ਵਿੱਚ 5 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪੁਲਿਸ ਇਹ ਵੀ ਅੰਦੇਸ਼ਾ ਲਗਾ ਰਹੀ ਹੈ ਕਿ ਚੋਰਾਂ ਨੂੰ ਪਤਾ ਹੋਵੇਗਾ ਕਿ ਮਾਲਕ ਸ਼ਹਿਰ ਵਿੱਚ ਨਹੀਂ ਹੈ, ਤਾਂ ਹੀ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਚੋਰ ਲਗਭਗ 2 ਲੱਖ ਰੁਪਏ ਦੀ ਕੀਮਤ ਦਾ ਸਮਾਨ ਗੋਦਾਮ ਤੋਂ ਚੋਰੀ ਕਰ ਲੈ ਗਏ ਨੇ। ਸੰਬੰਧਿਤ ਪੁਲਿਸ ਥਾਣੇ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹਾਂਜੀ ਭਾਈ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਰਜਿੰਦਰ ਸਿੰਘ ਰਾਜੂ। ਹਾਂਜੀ ਰਾਜੂ ਭਾਈ, ਕੀ ਗੱਲ ਕੀ? ਇੱਥੇ ਨਾ ਸ਼ੁੱਕਰਵਾਰ ਦੀ ਰਾਤ ਨੂੰ ਉਹਦੇ ਚੋਰੀ ਹੋਈ ਹੈ ਅਤੇ ਸਾਨੂੰ ਪਤਾ ਲੱਗਾ ਵਾ, ਅਗਲੇ ਦਿਨ ਸ਼ਾਮ ਨੂੰ 6 ਵਜੇ ਜਾ ਕੇ ਪਤਾ ਲੱਗਾ ਸਾਨੂੰ। ਅਤੇ ਫਿਰ ਇੱਥੇ ਜਾ ਕੇ ਜਦੋਂ ਦੇਖਿਆ ਕਾਗਜ਼ ਤੇ ਟੁੱਟੇ ਪਏ ਸੀਗੇ ਅਤੇ ਇੱਥੋਂ ਸਟੈਪਲਾਈਜ਼ਰ ਏਸੀ ਦੇ, ਏਸੀ ਦੀਆਂ ਕੋਪਰ ਪਾਈਪਾਂ, ਬੱਚਿਆਂ ਦੇ ਸਾਈਕਲ, ਇੱਕ ਵੱਡਾ ਸਾਈਕਲ ਜੇਲ੍ਹਾਂ ਵਾਲਾ, ਇੱਥੇ ਕਾਫੀ ਇੱਥੋਂ ਗੀਜ਼ਰ ਵਗੈਰਾ ਉਹ ਚੱਕੇ ਗਏ ਨੇ। ਬਾਕੀ ਮੇਰੇ ਡਰਾਇਰ ਵਗੈਰਾ ਸਾਰੇ ਖੁਲਾਰੇ ਪਏ ਸੀਗੇ, ਮਾੜੇ ਮੋਟੇ ਪੈਸੇ ਸੀਗੇ ਰੋਜ਼ ਇੰਨੇ ਰੱਖਦੇ ਨੇ ਸੀਗੇ, ਉਹ ਸਾਰੇ ਚੱਕੇ ਗਏ ਨੇ। ਸਰ ਕੋਈ ਫੁਟੇਜ 'ਚ ਆਇਆ ਜੀ? ਫੁਟੇਜ ਸੀਸੀਟੀਵੀ ਕੈਮਰਾ ਕਿਸੇ ਆਸ ਪੜੋਸ ਦੇ ਕੈਮਰਿਆਂ ਦੇ ਵਿੱਚ ਆਇਆ ਵਾ, ਉੱਥੋਂ ਇੱਕ ਫੁਟੇਜ ਮਿਲੀ ਹੈਗੀ ਆ, ਉਹ ਸਾਨੂੰ ਪਤਾ ਲੱਗੀ ਹੈ। ਬਾਕੀ ਹੋਰ ਦੇਖ ਰਹੇ ਹਾਂ। ਕਿੱਦਾਂ ਆਏ ਸੀ ਬੰਦੇ? ਬੰਦੇ ਆਏ ਪੈਦਲ ਸੀਗੇ, ਇੱਕ ਖਾਲੀ ਰੇੜਾ ਲੈ ਕੇ ਆਏ ਸੀਗੇ ਅਤੇ ਰੇੜਾ ਭਰ ਕੇ ਲੈ ਕੇ ਗਏ ਨੇ ਪਹਿਲਾਂ, ਉਹ ਸਾਹਮਣੇ ਗਲੀ ਨਿਕਲ ਗਏ ਨੇ, ਉਸ ਤੋਂ 15-20 ਮਿੰਟਾਂ ਬਾਅਦ ਫਿਰ ਰੇੜਾ ਭਰ ਕੇ ਲੈ ਕੇ ਗਏ ਨੇ, ਦੂਜੇ ਪਾਸੇ ਨਿਕਲ ਗਏ। ਕਿੰਨਾ ਨੁਕਸਾਨ ਹੈਗਾ? ਨੁਕਸਾਨ ਅਪਰੋਕਸੀਮੇਟਲੀ 2-3 ਲੱਖ ਰੁਪਏ ਦਾ ਹੋਇਆ। ਅਤੇ ਸਰ ਕਿਹੜੀ ਕਿੰਨੇ ਵਜੇ ਦੀ ਇਹ ਘਟਨਾ ਹੈਗੀ? ਇਹ ਸ਼ੁੱਕਰਵਾਰ ਰਾਤ, ਅੱਧੀ ਰਾਤ ਦੀ ਹੈਗੀ ਹੈ। ਅੱਛਾ ਜੀ, ਹਾਂਜੀ। ਅਤੇ ਪੁਲਿਸ ਨੂੰ ਕੰਪਲੇਂਟ ਕੀਤੀ? ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਹੈ ਜੀ। ਕੀ ਕਹਿੰਦੇ ਪੁਲਿਸ? ਪੁਲਿਸ ਕਹਿੰਦੇ ਤਫਤੀਸ਼ ਕਰਨ ਲੱਗ ਜਾਂਦੇ, ਦੇਖ ਲੈਂਦੇ ਹੈਗੇ ਆ ਅਸੀਂ ਜਾ ਕੇ। ਤਾਲਾ ਕੀ ਮਾਮਲਾ ਕੀ ਹੈ ਜੀ? ਇਹ ਹਰਵੀਰ ਸਿੰਘ, ਸਾਨੂੰ ਜਗਦੀਸ਼ਪਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਵੀ 24-25 ਤਰੀਕ ਨੂੰ ਸਾਡੇ ਘਰ ਗੋਡਾਊਨ 'ਚ ਕੋਈ ਨਾ ਨੂੰ ਵਿਅਕਤੀ ਚੋਰੀ ਕਰਕੇ ਲੈ ਗਏ ਆ, ਅਤੇ
ਮੌਕੇ ਤੇ ਆਇਆ, ਸੀਸੀਟੀਵੀ ਚੈੱਕ ਕਰਕੇ ਦੱਸੋ ਸਰ। ਸੀਸੀਟੀਵੀ ਦੇ ਕੁਛ ਆਇਆ ਜੀ? ਸੀਸੀਟੀਵੀ ਰੇਡੀ ਜਿਹਾ ਆਉਂਦੇ ਆ ਅਤੇ ਬਾਕੀ ਅੱਗੇ ਚੈੱਕ ਕਰਦੇ ਹਾਂ ਨਾਲ ਦੇ। ਸਰ ਕਿੰਨੇ ਜਾਣੇ ਸੀ ਸੀਸੀਟੀਵੀ 'ਚ? ਸੀਸੀਟੀਵੀ ਚੱਲ ਇੱਕ ਰੇਡਾ, ਇੱਕ ਰੇਡਾ ਰੇਡਾ ਜਾ ਕੇ ਆ ਰਿਹਾ। ਅੱਛਾ ਜੀ। ਅੱਗੇ ਕੈਮਰੇ ਚੈੱਕ ਕਰ ਦੇ ਰਹੇ ਹਾਂ। ਸਰ ਕਿੰਨੇ ਵਜੇ ਦੀ ਇਹ ਘਟਨਾ ਹੈਗੀ ਆ? ਉਹ 3 ਵਜੇ ਦੀ ਗੱਲ ਆ। ਸਰ ਕੀ ਸਮਾਨ ਗਿਆ? ਸਟੈਪਲਾਈਜ਼ਰ ਵਿੱਚ ਕਹਿੰਦੇ ਸਟੈਪਲਾਈਜ਼ਰ ਅਤੇ ਆਪਣੇ ਏ ਸੀ ਦੇ ਸਮਾਨ ਸੀਗਾ। ਠੀਕ ਸਰ, ਸ਼ੁਭ ਨਾਮ। ਏ ਸੀ ਮਾਤਰਾ ਵੀ ਆ ਤੈਨੂੰ। ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਪਾਸੇ 26 ਜਨਵਰੀ ਤੋਂ ਬਾਅਦ ਹਰ ਪਾਸੇ ਪੁਲਿਸ ਤੈਨਾਤ ਸੀ ਅਤੇ ਦੂਸਰੇ ਪਾਸੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਪਰ ਪੁਲਿਸ ਇਹਨਾਂ ਚੋਰਾਂ ਤੱਕ ਕਦੋਂ ਪਹੁੰਚ ਪਾਉਂਦੀ ਹੈ ਅਤੇ ਇਹ ਚੋਰ ਬਾਹਰ ਦੇ ਨਿਕਲਦੇ ਨੇ ਜਾਂ ਕੋਈ ਕਰਦੇ ਹੀ ਭੇਤੀ ਨਿਕਲਦੇ ਨੇ, ਇਹ ਵੀ ਵੇਖਣਾ ਦਿਲਚਸਪ ਹੋਵੇਗਾ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਮਣੀ ਵਾਸਤੇ ਜਲੰਧਰ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।